ਵਾਰ ਰਾਤ ਨੂੰ 11:30 ਤੋਂ 12 ਵਜੇ ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਜਦੋਂ ਕਿ ਇੱਥੇ ਸੰਗਤ ਕਾਫੀ ਜਿਹੜੀ ਮੌਜੂਦ ਹੁੰਦੀ ਹੈ। ਸੋ ਤਕਰੀਬਨ ਰਾਤ ਦੇ 11:30 ਤੋਂ 12 ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਤੇ ਇੱਥੇ ਕੁਝ ਯਾਤਰੂ ਜੋ ਕਿ ਲੜਕੀਆਂ ਹਨ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਪੰਚਕੂਲਾ ਤੋਂ ਇੱਕ ਗਰੁੱਪ ਆਉਂਦਾ ਹੈ ਉਹ ਉੱਥੇ ਬੈਠੇ ਹੁੰਦੇ ਨੇ ਤੇ ਇੱਥੇ ਖਿੜਕੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਖਿੜਕੀਆਂ ਨਜ਼ਰ ਆ ਰਹੀਆਂ ਨੇ ਉਹ ਖਿੜਕੀਆਂ ਦੇ ਕੱਚ ਟੁੱਟਦੇ ਨੇ। ਜਿਹੜੇ ਕਿ ਇੱਥੇ ਪ੍ਰਤੱਖ ਦਰਸ਼ੀ ਸਨ ਉਸਲੇ ਲੜਕੇ ਜਿਹੜੇ ਯਾਤਰੂ ਉੱਥੇ ਮੌਜੂਦ ਸਨ ਉਹਨਾਂ ਦੀ ਜੇਕਰ ਪਹਿਲੇ ਦਿਨ ਦੀ ਗੱਲ ਮੰਨੀਏ ਤਾਂ ਉਸ ਦਿਨ ਜਿਹੜੀਆਂ ਲੜਕੀਆਂ ਸੀਗੀਆਂ ਉਹ ਵੀ ਜ਼ਖਮੀ ਹੋਈਆਂ ਸੀ ਔਰ ਕਿਸੇ ਗਰੁੱਪ ਦੇ ਨਾਲ ਇੱਥੇ ਪਹੁੰਚੀਆਂ ਸਨ। ਵੇਖੋ ਜੀ, ਇਹ ਜਦੋਂ ਇਲੈਕਸ਼ਨਸ ਹੁੰਦੇ ਨੇ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਨਾ ਉਹ ਇਹੋ ਜਿਹੀਆਂ ਭੋਜੀਆਂ ਹਰਕਤਾਂ ਕਰਦੇ ਨੇ, ਲੇਕਿਨ ਮੇਰੀ ਉਹਨਾਂ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਕੋਈ ਭਲਾ ਨਹੀਂ ਹੋਣਾ, ਲੇਕਿਨ ਸਾਡਾ ਨੁਕਸਾਨ ਜ਼ਰੂਰ ਹੋ ਜਾਣਾ। ਉਹ ਡਰ ਬਣਨ ਦੇ ਨਾਲ ਸਾਡੀਆਂ ਜਿੱਦਾਂ ਹੁਣ ਅੱਜ ਮੇਰੀਆਂ ਤਕਰੀਬਨ 17 ਤੋਂ 18 ਰੂਮਸ ਜਿਹੜੇ ਆ ਕੈਂਸਲ ਹੋ ਗਏ ਨੇ। ਲੋਕਾਂ ਨੇ ਜਿਹਨਾਂ ਨੇ ਆਉਣਾ ਸੀਗਾ ਉਹ ਮਤਲਬ ਹੁਣ ਨਹੀਂ ਆ ਰਹੇ, ਉਹ ਕੈਂਸਲ ਕਰ ਗਏ ਨੇ। ਇਹ ਸਾਰਾ ਡਾਇਰੈਕਟਲੀ ਇਫੈਕਟ ਤਾਂ ਬਿਜ਼ਨਸ ਉੱਤੇ ਹੀ ਪੈਂਦਾ ਜੀ ਕਿ ਵੀ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਵੀ ਸਾਡੇ ਵੱਲ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ, ਸਾਡੀ ਇੰਡਸਟਰੀ ਡੁੱਬ ਰਹੀ ਹੈ, ਮਰ ਰਹੀ ਹੈ, ਇਹਨੂੰ ਬਚਾਇਆ ਜਾਵੇ। ਜਿਸ ਤਰ੍ਹਾਂ ਉਹਨਾਂ ਨੇ ਇਹਦੇ 'ਤੇ ਠੱਲ ਪਾਈ ਹੈ ਅਤੇ ਮੇਰੀ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਵੀ ਇਸ ਚੀਜ਼ ਦੇ ਉੱਤੇ ਵੀ ਉਹ ਠੱਲ ਪਾਉਣ, ਜਿਹੜੇ ਵੀ ਸ਼ਰਾਰਤੀ ਅਨਸਰ ਇਸ ਚੀਜ਼ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜ੍ਹੇ ਹਾਂ ਜੀ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਜੋ ਕਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਤਕਰੀਬਨ 800 ਮੀਟਰ ਦੀ ਦੂਰੀ 'ਤੇ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਕਿ ਸ਼ਨੀਵਾਰ ਅਤੇ ਸੋਮਵਾਰ ਜਿਹੜੇ ਲਗਾਤਾਰ ਬਲਾਸਟ ਹੋਏ ਨੇ, ਤਸਵੀਰਾਂ ਤੁਹਾਨੂੰ ਉੱਥੋਂ ਦੀਆਂ ਦਿਖਾ ਰਹੇ ਹਾਂ। ਉਹਦਾ ਕਾਰਨ ਹੈ ਕਿ ਸ਼ਨੀਵਾਰ ਰਾਤ ਨੂੰ 11:30 ਤੋਂ 12 ਵਜੇ ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਜਦੋਂ ਕਿ ਇੱਥੇ ਸੰਗਤ ਕਾਫੀ ਜਿਹੜੀ ਮੌਜੂਦ ਹੁੰਦੀ ਹੈ। ਕਿ ਤੁਹਾਨੂੰ ਦੱਸ ਦਈਏ ਕਿ ਇੱਥੇ ਤਕਰੀਬਨ 24 ਘੰਟੇ ਹੀ ਸੰਗਤ ਦੀ ਜਿਹੜੀ ਆਮਦ ਬਣੀ ਰਹਿੰਦੀ ਹੈ ਅਤੇ ਇੱਥੇ ਇੰਝ ਨਹੀਂ ਜਾਪਦਾ, ਸਮੇਂ ਦਾ ਜਿਹੜਾ ਆਭਾਸ ਇੱਥੇ ਨਹੀਂ ਹੁੰਦਾ ਕਿ ਕਿੰਨਾ ਸਮਾਂ ਹੋ ਗਿਆ। ਜੇਕਰ ਤੁਸੀਂ ਘੜੀ ਵੇਖੋ ਫਿਰ ਹੀ ਪਤਾ ਚੱਲਦਾ ਹੈ ਕਿ ਕਿੰਨਾ ਸਮਾਂ ਹੋ ਗਿਆ। ਸੋ ਤਕਰੀਬਨ ਰਾਤ ਦੇ 11:30 ਤੋਂ 12 ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਅਤੇ ਇੱਥੇ ਕੁਝ ਯਾਤਰੂ ਜੋ ਕਿ ਲੜਕੀਆਂ ਹਨ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਪੰਚਕੂਲਾ ਤੋਂ ਇੱਕ ਗਰੁੱਪ ਆਉਂਦਾ ਹੈ ਉਹ ਉੱਥੇ ਬੈਠੇ ਹੁੰਦੇ ਨੇ ਅਤੇ ਇੱਥੇ ਖਿੜਕੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਖਿੜਕੀਆਂ ਨਜ਼ਰ ਆ ਰਹੀਆਂ ਨੇ, ਉਹ ਖਿੜਕੀਆਂ ਦੇ ਕੱਚ ਟੁੱਟਦੇ ਨੇ ਅਤੇ ਬਲਾਸਟ ਦੇ ਕਰਕੇ ਉਹ ਕੱਚ ਜਿਹੜਾ ਖਿੱਲਰਦਾ ਹੈ ਅਤੇ ਉਹਨਾਂ ਲੜਕੀਆਂ ਦੇ ਯਾਤਰੂਆਂ ਦੇ ਵੱਜਦਾ ਹੈ। ਇੱਕ ਲੜਕਾ ਇੱਥੇ ਸੁੱਤਾ ਰਹਿੰਦਾ ਹੈ ਉਸਦੇ ਵੀ ਕੱਚ ਜਿਹੜਾ ਹੈ ਵੱਜਦਾ, ਜਿਸ ਨਾਲ ਉਹ ਜ਼ਖਮੀ ਹੋ ਜਾਂਦਾ। ਹਾਲਾਂਕਿ ਜਿਹੜੇ ਕਿ ਇੱਥੇ ਪ੍ਰਤੱਖ ਦਰਸ਼ੀ ਸਨ ਉਸਲੇ ਲੜਕੇ ਜਿਹੜੇ ਯਾਤਰੂ ਉੱਥੇ ਮੌਜੂਦ ਸਨ ਉਹਨਾਂ ਦੀ ਜੇਕਰ ਪਹਿਲੇ ਦਿਨ ਦੀ ਗੱਲ ਮੰਨੀਏ ਤਾਂ ਉਸ ਦਿਨ ਜਿਹੜੀਆਂ ਲੜਕੀਆਂ ਸੀਗੀਆਂ ਉਹ ਵੀ ਜ਼ਖਮੀ ਹੋਈਆਂ ਸੀ ਔਰ ਕਿਸੇ ਗਰੁੱਪ ਦੇ ਨਾਲ ਇੱਥੇ ਪਹੁੰਚੀਆਂ ਸਨ ਔਰ ਕਿਹਾ ਜਾ ਰਿਹਾ ਕਿ 5 ਤੋਂ 6 ਲੜਕੀਆਂ ਜਿਹੜੀਆਂ ਉਹ ਇੱਥੇ ਜ਼ਖਮੀ ਹੋਈਆਂ ਸਨ। ਹਾਲਾਂਕਿ ਅਧਿਕਾਰਕ ਤੌਰ 'ਤੇ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਕਿਉਂਕਿ ਸ਼ਾਇਦ ਜਿਹੜਾ ਵੀ ਲੋਕ ਇੱਥੇ ਆਏ ਹੋਣਗੇ ਜੇਕਰ ਉਹ ਬਿਮਾਰ ਹੋਏ ਹੋਣਗੇ ਜਾਂ ਉਹਨਾਂ ਨੂੰ ਕੋਈ ਤਕਲੀਫ ਹੋਏਗੀ ਜਾਂ ਕੋਈ ਜ਼ਖਮੀ ਹੋਏ ਹੋਣਗੇ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਹੋਵੇ, ਆਪਣੇ ਇਲਾਜ ਵੱਲ ਨੂੰ ਗਏ ਹੋਣਗੇ ਜਿਸ ਤਰ੍ਹਾਂ ਕਿ ਪ੍ਰਤੱਖ ਦਰਸ਼ੀਆਂ ਨੇ ਉਸ ਵੇਲੇ ਇੱਥੋਂ ਕਿਹਾ ਸੀ। ਹੁਣ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਇਸ ਗੱਲ ਦੀ ਸੋਚ ਹੀ ਰਹੀ ਹੁੰਦੀ ਹੈ ਕਿ ਮੰਡੇ ਸਵੇਰੇ ਯਾਨੀ ਕਿ ਤਕਰੀਬਨ 32 ਘੰਟੇ 33 ਘੰਟੇ ਦੇ ਵਿੱਚ ਸਵੇਰੇ 6 ਤੋਂ ਲੈ ਕੇ 6:15 ਦੇ ਵਿੱਚ ਫਿਰ ਇੱਕ ਵਾਰ ਬਲਾਸਟ ਹੁੰਦਾ ਹੈ। ਇਸ ਸਾਰੀ ਤੁਹਾਨੂੰ ਗੱਲ ਦਾ ਪਤਾ ਹੈ ਕਿ ਫਿਰ ਦੁਬਾਰਾ ਬਲਾਸਟ ਹੋਣ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਜ਼ਿਆਦਾ ਚੁਕੰਨੀ ਹੋ ਜਾਂਦੀ ਹੈ। ਤੁਹਾਨੂੰ ਆਲਾ ਦੁਆਲਾ ਵੀ ਵਿਖਾ ਦਿੰਦੇ ਹਾਂ ਜਿੱਥੇ ਇੱਕ ਝੰਡੀ ਤੁਹਾਨੂੰ ਸ਼ਾਇਦ ਨਜ਼ਰ ਆ ਰਹੀ ਹੋਵੇਗੀ ਕੇਸਰੀ ਰੰਗ ਦੀ, ਉਹ ਪੁਆਇੰਟ ਸੀਗਾ ਜਿੱਥੋਂ ਕਿ ਇਹ ਹੋਇਆ ਸੀਗਾ। ਔਰ ਚਿਮਨੀ ਜਿਸ ਤਰ੍ਹਾਂ ਕਿ ਤੁਸੀਂ ਉੱਪਰ ਦੇਖ ਸਕਦੇ ਹੋ ਜਿਹੜੇ ਜੰਗਲੇ ਨੇ ਜਿਹੜੇ ਕਿ ਉੱਤੇ ਸੀਮੈਂਟਡ ਜਿਹੜਾ ਲੱਗਾ ਹੋਇਆ ਪੱਥਰ ਜਿਹੜਾ ਲੱਗਾ ਹੋਇਆ ਉਹ ਪੱਥਰ ਦੇ ਵਿੱਚ ਤੁਹਾਨੂੰ ਕੁਛ ਕਾਲਾ ਸਪੌਟ ਨਜ਼ਰ ਆਏਗਾ ਜਿੱਥੋਂ ਕਿ ਇਹ ਕਿਹਾ ਸੀ। ਪਹਿਲੇ ਦਿਨ ਜਦੋਂ ਪੁਲਿਸ ਇੱਥੇ ਆਉਂਦੀ ਹੈ ਤਾਂ ਉਹ ਇਹ ਕਹਿੰਦੀ ਹੈ ਕਿ ਸ਼ਾਇਦ ਚਿਮਨੀ ਦੀ ਗਰਮਾਇਸ਼ ਦੇ ਕਰਕੇ ਜਿਹੜਾ ਹੈ ਉਹ ਬਲਾਸਟ ਹੋਇਆ ਹੈ, ਹਾਲਾਂਕਿ ਉਸ ਵੇਲੇ ਪੁਲਿਸ ਨੂੰ ਵੀ ਜਿਹੜਾ ਹੈ ਉਹ ਪਤਾ ਨਹੀਂ ਸੀ। ਸੋ ਇਸ ਤੋਂ ਬਾਅਦ ਜਿਹੜਾ ਹੈ ਇਹ ਇੱਥੋਂ ਜਿਹੜਾ ਉਹ ਬਲਾਸਟ ਤੋਂ ਬਾਅਦ ਗੱਲ ਜਿਹੜੀ ਹੈ ਉਹ ਪੁਲਿਸ ਦੀ ਇਨਕੁਆਇਰੀ ਤੱਕ ਪਹੁੰਚਦੀ ਹੈ, ਲੇਕਿਨ ਨਾਲ ਹੀ ਦੂਸਰੇ ਬਲਾਸਟ ਤੋਂ ਬਾਅਦ ਫਿਰ ਜਿਹੜਾ ਹੈ ਉਹ ਪੁਲਿਸ ਦੀ ਇਨਕੁਆਇਰੀ ਹੋਰ ਜ਼ਿਆਦਾ ਤੇਜ਼ ਹੁੰਦੀ ਹੈ ਅਤੇ ਪੰਜਾਬ ਦੇ DGP ਇੱਥੇ ਪਹੁੰਚਦੇ ਨੇ। ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਪੌਟ ਜਿਹੜੇ ਕਿ ਕਲੈਕਸ਼ਨ ਜਿਹੜੀ ਹੈ ਉੱਥੋਂ ਸਾਹਮਣੇ ਕੁਛ ਇਹੋ ਜਿਹੀਆਂ ਚੀਜ਼ਾਂ ਦੀ ਪਹਿਲੇ ਰਾਤ ਨੂੰ ਇਹ ਕਿਹਾ ਗਿਆ ਸੀ ਕਿ ਇੱਥੋਂ ਕੁਝ ਬਰਾਮਦ ਨਹੀਂ ਹੋਇਆ ਹੈ।
सो इस दे विच जरूर जिहड़ा है वह एक IED दस्या जा रहा है जी, क्रूड बंब दस्या जा रहा है जी, जिहड़ा कि यूज़ होया। हुण तुहानूं गल करिए तो आला दुआला इहदा दिखाउणा चाहवांगे कि एक पासा है, दूसरे इधरों जदों असी हाल बाज़ार वल्लों आने हैं तो हरिमंदर साहिब नूं जाने हैं वह वाला राह है। सो ये वो राह है। सो उसके सामने ही जिहड़ा है गुरद्वारा सारागढ़ी है, तो नाल ही इसकी बिल्कुल नाल ही इसके बैकसाइड पर जिथे ब्लास्ट होया, जिथे कि तुहानूं ब्लैक स्पॉट दिखाया, उहदे बैकसाइड पर सारागढ़ी की पार्किंग है। इसका भी दस्या जा रहा है कुछ रौला चल रहा है। सो आस्पैक्ट लभण की कोशिश कर रहे हैं पुलिस वाले। सो सुरक्षा एजेंसी कल्ली पंजाब पुलिस नहीं, इस दे विच हुण NIA नैशनल इन्वेस्टिगेशन एजेंसी तो NSG जिहड़ी है वह भी जिहड़े ने वह शामिल हो गए हैं इन्हां ते जिहड़ा है ब्लास्ट के उत्ते जिहड़े की कारण ने और इन्हां दी उहदे विच किहड़ा मटीरियल यूज़ किया गया, किन्ने मटीरियल यूज़ किया, क्यों किया, और इहदे विच काफ़ी जिहड़ी है वह आवाज़ आई सी। DGP गौरव यादव ने यह कहा सी, गौरव यादव ने कहा सी कि हालांकि इस दे विच किसी भी संभावना, चाहे वह टैररिस्ट एक्टिविटी है, चाहे वह परसनल एक्टिविटी है, चाहे कोई जो होर रीज़न लैके किसी भी संभावना तो इनकार नहीं किया जा सकता। सो इस सारे पहलुओं के उपर जी है वो पुलिस और जिहड़ियां एजेंसीज ने वो काम कर रही ने। हाले फिलहाल पुलिस वालों ये थोड़ी जी गल सामने आई सी कि एक शक्की व्यक्ति जिहड़ा है उन्हां दी रेंज विच आया है, पर इस तो ज़्यादा उन्होंने शेयर नहीं किया सुरक्षा दे कारण, इन्वेस्टिगेशन जिहड़ी चल रही है उस दे कारण। हुण ये तां गल सी सरकार दी, प्रशासन दी, लेकिन कुछ सिख जथेबंदियां दे जिस तरह के जथेदार हवारा कमेटी के बुलारे ने प्रोफेसर बलजिंदर सिंह, उन्होंने कहा है कि ये 6 जून जिहड़ी कि घल्लूघारा दिवस मनाया जाता है ज अपना हरिमंदर साहब विच व्यापक रूप दे विच इत्थे खालिस्तान समर्थक जिहड़े जथेबंदियां ने, सिख जथेबंदियां इत्थे इकट्ठियां हुंदियां ने श्री अकाल तख्त साहिब ते 6 जून का जिहड़ा घल्लूघारा के 1984 नूं जिहड़ा अटैक होया सी उस दी यादगार दे विच जिहड़ा है इत्थे वह मनाया जाता है। सो घल्लूघारा दिवस आने तो पहला भी अक्सर ही जिहड़ी है वह पुलिस की जिहड़ी सख्ती देखने को मिलती है, तो सिख जथेबंदियां का यह कहना है के जान बुझ के कुछ सरकारी एजेंसियों वालों अजिहे काम कराए गए ताकि नौजवानों की जिहड़ी फड़ो फड़ाई है उस दे विच कोई उन्हां नूं बहाना मिल सके, तां जो कह सकन कि माहौल इस तरह का है तां जो सानू यह काम करना पिया। सो बड़ी तरह दियां चीज़ां निकल के आ रही हैं, लेकिन इत्थे भी जरूर गल सामने आती है कि सानू यह भी देखना पेगा कि इस दे विच सुरक्षा दे विच चूक हुई है, तो जेकर सिख जथेबंदियों के मुताबिक जो उन्हां दी गल करिए जे उन्होंने कराया है तो वह एक अलग चीज़ है, लेकिन ज ब्लास्ट जड़े हुए ने जे उस तरह जे नज़र ना देखा जाए तो सुरक्षा एजेंसियों की चूक कहा जा सकता है। इत्थे दे दुकानदारों के नाल असी गलबात की, आले दुआले के लोगों के नाल गलबात की है, उन्होंने कहा कि 11 बजे तो बाद इत्थे सुरक्षा आराम भरोसे ही होंदी है। सो इत्थे कोई भी सुरक्षाकर्मी जिहड़ा है नज़र नहीं आता। तुहानूं दस दईए कि इस हैरीटेज की जिहड़ी रख रखाव है उसके वास्ते प्राइवेट जिहड़े गार्ड्स ने वह भी जिहड़े तैनात किए गए हैं, लेकिन राती 11 बजे तो बाद देखने को आता है अक्सर के पुलिसकर्मी भी बहुत टावा टावा जो कि इतों के लोगों का जो कहना है, और जिहड़े गार्ड्स ने वह भी घट बहुत घट नज़र आते हैं जिदे करके कि कोई भी अणसुखावी घटना अंजाम दे सकता। फिलहाल तो यह बिल्कुल छोटा जिहा एक ब्लास्ट सीगा जिन्हों कहा जा सकता कि हाई पोटेंसी ब्लास्ट नहीं सी, इन्नी इंटेंसिटी नहीं सी उहदी, लेकिन इस तो वड्डा ब्लास्ट भी हो सकता सी। कारण की ने वो बाद की गल है, बंदा की किया है तो जो गिरफ्त में आएगा या पुलिस दसेगी या उहदे मुताबक ही दसिया जा सकता, लेकिन एक सुरक्षा विच वड्डी चूक जरूर कही जा सकती है क्योंकि लख तो उत्ते श्रद्धालु रोज़ जिहड़ा है इत्थे हरिमंदर साहिब नतमस्तक होने लिए आता है। हाले भी तुसीं देख सकते हो कि जिवें कि श्रद्धालु वक् वक् स्टेट्स के विचों वक् वक् जगावां दे विचों जिहड़े ने इत्थे पहुँच रहे हैं और इस गल तो अनजान ने कि कल परसों ब्लास्ट होया। हालांकि लोकल लोग भी इस गल तो इन्ना नहीं, पर फिर भी कितना कितने इत्थे होटेल्स वालियां नाल असी जिहड़ी है गलबात करांगे, उन्हां कोल जाणांगे कि भी होटल इंडस्ट्री के जिहड़ी बहुत ज़्यादा इत्थों खास करके हरिमंदर साहिब के आले दुआले जिहड़ी होटल इंडस्ट्री है बिल्कुल 100% जिहड़ी है वह यात्रुओं के उत्ते डिपेंड करती है, क्योंकि वैसे तो होटल इंडस्ट्री होंगी यात्रुओं के सिर पर है, पर अमृतसर दे विच क्योंकि हरिमंदर साहब ज़्यादा जिहड़े ने लोग नतमस्तक होने लिए आते हैं तो हरिमंदर साहब के आले दुआले जिहड़े लोग ने जिहड़े होटेल्स ने ज़्यादा बिजी रहिंदे ने, उन्हां दा 100% जिहड़ा काम है सिर्फ हरिमंदर साहब के यात्रुओं के उत्ते ही जिहड़ा है वह डिपेंडेंट रहिंदा है। सो उन्हां नाल भी गलबात करांगे, जाणांगे कि भी उन्हां दा की पक्ष है, वह की सोचते हैं, तो उन्हां दा सुझाव की है। इत्थे नाल ही एक होर वड्डा पक्ष SGPC का भी आता है क्योंकि
ਇੱਕ ਬਹੁਤ ਵੱਡਾ ਬਜਟ ਹੈ ਜਿਹੜਾ ਐਸ ਜੀ ਪੀ ਸੀ ਦਾ। ਸੋ ਹਰ ਇੱਕ ਚੀਜ਼ ਨੂੰ ਲੈ ਕੇ ਸੋ ਮੈਂ ਇਹ ਸੋ ਸਮਝਦਾ ਕਿ ਇੱਥੇ ਐਸ ਜੀ ਪੀ ਸੀ ਨੂੰ ਵੀ ਜਿਹੜਾ ਹੈ ਉਪਰਾਲਾ ਕਰਨਾ ਚਾਹੀਦਾ ਹੈ, ਆਪਣੀ ਫੋਰਸ ਜਿਹੜੀ ਹੈ ਉਹ ਇੱਥੇ ਜਿਹੜੇ ਬੰਦੇ ਨੇ ਤੈਨਾਤ ਕਰਨੇ ਚਾਹੀਦੇ ਨੇ, ਵਿਸ਼ੇਸ਼ਕਰ ਰਾਤ ਨੂੰ ਕੋਈ ਸ਼ੱਕੀ ਵਿਅਕਤੀ ਹੋਣ 'ਤੇ ਉਸਨੂੰ ਪੁਲਿਸ ਨੂੰ ਜਿਹੜਾ ਹੈ ਸੂਚਿਤ ਕੀਤਾ ਜਾ ਸਕੇ, ਕਿਉਂਕਿ ਯਾਤਰੂਆਂ ਦੀ ਜਿਹੜੀ ਇੰਨੀ ਤਦਾਦ ਹੈ ਉਹ ਇੰਨੇ ਸ਼ਾਇਦ, ਕਿਉਂਕਿ ਜਿਹੜਾ ਵੀ ਅਸੀਂ ਵੀ ਜਦੋਂ ਬਾਹਰ ਘੁੰਮਣ ਫਿਰਨ ਜਾਂਦੇ ਹਾਂ ਤਾਂ ਇਸ ਗੱਲ ਤੋਂ ਥੋੜ੍ਹੇ ਅਣਜਾਣ ਹੁੰਦੇ ਹਾਂ ਕਿਹੜਾ ਸ਼ੱਕੀ ਵਿਅਕਤੀ ਹੈ ਕਿਹੜਾ ਨਹੀਂ ਹੈ, ਲੇਕਿਨ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਵੀ ਇੱਕ ਸੰਗਤ ਹੈ, ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਇੱਥੋਂ ਦੇ ਲੋਕਲ ਰੈਜ਼ੀਡੈਂਟ ਨੇ, ਪਲੱਸ ਕਾਰਪੋਰੇਸ਼ ਆਪਣਾ ਜਿਹੜੇ ਕਾਰਪੋਰੇਸ਼ਨ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ, ਕਿਉਂਕਿ ਇਹ ਪ੍ਰੋਜੈਕਟ ਜਿਹੜਾ ਹੈ ਸਾਰਾ ਉਹਨਾਂ ਦੀ ਮੇਨਟੇਨੈਂਸ ਕਾਰਪੋਰੇਸ਼ਨ ਦੇ ਅੰਡਰ ਹੈ, ਦੂਸਰਾ ਪੁਲਿਸ ਪ੍ਰਸ਼ਾਸਨ ਹੈ, ਸੋ ਤੀਸਰਾ ਏਜੰਸੀਜ਼ ਨੇ, ਸੋ ਬਹੁਤ ਸਾਰੇ, ਚੌਥਾ ਐਸ ਡੀ ਪੀ ਸੀ ਹੈ। ਸੋ ਵੱਡੇ ਜਿਹੜਾ ਪੱਧਰ 'ਤੇ ਇਸ ਦੀ ਜਿਹੜੀ ਹੈ ਉਹ ਇਹਦੇ ਸੁਰੱਖਿਆ ਦੀ ਲੈ ਕੇ ਜਿਹੜੀ ਹੈ ਉਹ ਗੱਲਬਾਤ ਹੋਣੀ ਚਾਹੀਦੀ ਹੈ, ਸੋ ਤਾਂ ਜੋ ਇਸ ਗੱਲਬਾਤ ਨੂੰ ਰੋਕਿਆ ਜਾ ਸਕੇ। ਸੋ ਇੱਕ ਛੋਟੀ ਗੱਲਬਾਤ ਨਹੀਂ ਹੈ, ਕਿਉਂਕਿ ਜਿਹੜੇ ਧਮਾਕੇ ਹੋਣੇ, ਚਾਹੇ ਉਹ ਕਿਸ ਵਾਸਤੇ ਕੀਤੇ ਗਏ, ਸ਼ਰਾਰਤ ਵਾਸਤੇ ਕੀਤੇ ਗਏ, ਜਾਗਰੂਕ ਕਰਨ ਵਾਸਤੇ ਕੀਤੇ ਗਏ ਜਾਂ ਕੁਛ ਜਿਤਾਉਣ ਵਾਸਤੇ ਕੀਤੇ ਗਏ, ਇਹਦਾ ਬਾਅਦ ਚਰਚਾ ਦਾ ਵਿਸ਼ਾ ਹੈ ਜਾਂ ਬਾਅਦ 'ਚ ਇਸ ਦੇ ਬਾਰੇ ਪਤਾ ਚੱਲ ਸਕੇਗਾ, ਲੇਕਿਨ ਇਹਦੀ ਸੁਰੱਖਿਆ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਇੱਕ ਬਹੁਤ ਵੱਡਾ ਵਿਸ਼ਾ ਹੈ, ਇਸ ਦੇ ਬਾਰੇ ਮੀਟਿੰਗ ਹੋਣੀ ਚਾਹੀਦੀ ਹੈ। ਸੋ ਸੁਰੱਖਿਆ ਏਜੰਸੀਆਂ ਅੱਜ ਵੀ ਜਿਹੜਾ ਨਾ ਫੋਰੈਂਸਿਕ ਜਿਹੜੀਆਂ ਰਿਪੋਰਟਸ ਜਿਹੜੀਆਂ ਨੇ ਲੈਣ ਵਾਸਤੇ ਸਾਰੇ ਸੈਂਪਲਸ ਫਿਰ ਇਕੱਠੀਆਂ ਕਰਕੇ ਗਏ ਨੇ, ਸੋ ਹੋਟੇਲਸ ਵਾਲਿਆਂ ਨਾਲ ਇੱਥੋਂ ਦੇ ਲੋਕਾਂ ਨਾਲ ਵੀ ਗੱਲਬਾਤ ਕਰਕੇ ਜਾਣਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਔਰ ਉਹਨਾਂ ਦੇ ਕੀ ਸੁਝਾਅ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸੁਰੱਖਿਆ ਨੂੰ ਜਿਹੜਾ ਹੈ ਉਹ ਬਿਹਤਰ ਕੀਤਾ ਜਾ ਸਕਦਾ ਹੈ। ਸੋ ਤੁਸੀਂ ਦੇਖਿਆ ਹੈ ਕਿ ਇੱਥੇ ਆਲੇ ਦੁਆਲੇ ਉਸ ਤਰ੍ਹਾਂ ਹੀ ਸ਼੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਯਾਤਰੂ ਨੇ, ਜਿਹੜੇ ਸ਼ਰਧਾਲੂ ਨੇ, ਉਹ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ। ਹਾਲਾਂਕਿ ਹਰਿਮੰਦਰ ਸਾਹਿਬ ਦੇ ਨਾਲ ਨਾਲ ਜਿੱਥੇ ਕਿ ਹਰਿਮੰਦਰ ਸਾਹਿਬ ਦੇ ਨਾਲ ਨਾਲ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਹੋਰ ਜਿਹੜੀਆਂ ਇਤਿਹਾਸਿਕ ਸਥਾਨ ਨੇ ਉੱਥੇ ਵੀ ਲੋਕ ਜਿਹੜੇ ਨੇ ਨਾਲ ਜਾਂਦੇ ਹਨ, ਪਰ ਮੇਨ ਜਿਹੜੀ ਗੱਲ ਕਹੀਏ ਉਹ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਆਉਂਦੇ ਹਨ। ਸੋ ਬੀਤੇ ਕੱਲ੍ਹ ਵਿਦੁਤ ਜਮਵਾਲ ਜੋ ਕਿ ਐਕਸ਼ਨ ਹੀਰੋ ਨੇ, ਉਹਨਾਂ ਨੇ ਆਪਣੀ ਫਿਲਮ ਦੀ ਸ਼ੁਰੂਆਤ ਕਰਨੀ ਸੀ ਤਾਂ ਵੀ ਉਹ ਇੱਥੇ ਨਤਮਸਤਕ ਹੋਣ ਲਈ ਆਏ ਸਨ। ਸੋ ਇੱਕ ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ ਜਿਹੜਾ ਹੈ ਉਹ ਗੁਰੂ ਨਗਰੀ ਅੰਮ੍ਰਿਤਸਰ ਹੈ। ਸੋ ਇਸ ਦੀ ਸੁਰੱਖਿਆ ਵੀ ਜਿਹੜੀ ਹੈ ਉਸ ਲੈਵਲ ਦੀ ਹੋਣੀ ਚਾਹੀਦੀ ਹੈ, ਉਸ ਪੱਧਰ ਦੀ ਹੋਣੀ ਚਾਹੀਦੀ ਹੈ ਕਿ ਇੱਥੇ ਕੋਈ ਵੀ ਸ਼ੱਕੀ ਵਿਅਕਤੀ ਕੁਛ ਕਰਨ ਦਾ ਅਤੇ ਦੂਰ ਦੀ ਗੱਲ ਸੋਚਣ ਤੋਂ ਵੀ ਜਿਹੜਾ ਹੈ ਉਸ ਨੂੰ ਗੁਰੇਜ ਕਰੇ। ਸੋ ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਮੇਰਾ ਨਾਮ ਜਗਦੀਪ ਸਿੰਘ ਹੈ ਜੀ, ਜਗਦੀਪ ਸਿੰਘ ਲਵਲੀ, ਅਤੇ ਮੈਂ ਇੱਕ ਛੋਟਾ ਜਿਹਾ ਹੋਟਲ ਚਲਾਉਂਦਾ ਜੀ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਮਹਾਰਾਜ ਦੇ ਚਰਨਾਂ 'ਚ, ਜਿਹੜਾ ਸਰੋਵਰ ਏਜੰਸੀ ਦੇ ਨਾਮ ਤੋਂ ਹੈ ਜੀ। ਬਿਲਕੁਲ ਜੀ, ਦੇਖੋ ਜਦੋਂ ਵੀ ਕੋਈ ਵੀ ਗੱਲ ਹੁੰਦੀ ਹੈ ਅਸਰ ਤਾਂ ਪੈਂਦਾ ਹੀ ਹੈ ਜੀ, 100% ਹੈ, ਕਿਉਂਕਿ ਇਹ ਟੂਰਿਸਟ ਪਲੇਸ ਹੈ। ਜਦੋਂ ਗੱਲ ਮੀਡੀਆ 'ਚ ਚੱਲਦੀ ਹੈ, ਚਾਹੇ ਸੋਸ਼ਲ ਮੀਡੀਆ 'ਚ ਹੈ, ਚਾਹੇ ਉਹ ਕਿਸ ਤਰ੍ਹਾਂ ਵੀ ਹੈ, ਕਿਸੇ ਵੀ ਪਲੇਟਫਾਰਮ 'ਤੇ, ਚਾਹੇ ਉਹ ਟੈਲੀਵਿਜ਼ਨ 'ਤੇ ਹੈ, ਫੇਸਬੁੱਕ 'ਤੇ ਹੈ, ਜਾਂ ਵਟਸਐਪ 'ਤੇ ਹੈ, ਜਦੋਂ ਇਹ ਖਬਰ ਇਹੋ ਜਿਹੀ ਚੱਲਦੀ ਹੈ, ਤਾਂ ਮੈਂ ਮਾਫੀ ਚਾਹੁੰਦਾ, ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਤੁਸੀਂ ਲੋਕਾਂ ਨੇ ਵੀ ਬ੍ਰੇਕਿੰਗ ਨਿਊਜ਼ ਲਿਖ ਕੇ ਜਦੋਂ ਲਾ ਦੇਣਾ ਨਾ, ਤਾਂ ਲੋਕਾਂ ਦਾ ਧਿਆਨ ਆਟੋਮੈਟਿਕਲੀ ਉੱਧਰ ਜਾਣਾ ਹੀ ਜਾਣਾ। ਹੁਣ ਤੁਹਾਡੀ ਮਜਬੂਰੀ ਹੈ, ਤੁਸੀਂ ਆਪਣੀ TRP ਵਧਾਉਣੀ ਹੈ, ਤੁਸੀਂ ਤਾਂ ਲਾਉਣੀ ਹੈ, ਲੇਕਿਨ ਤੁਹਾਡਾ ਵੀ ਕੁਛ ਥੋੜ੍ਹਾ ਜਿਹਾ, ਤੁਹਾਡੇ ਬੇਨਤੀ ਹੈ, ਸਾਡਾ ਵੀ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ, ਸਾਡੇ ਵੀ ਕਾਰੋਬਾਰ ਇੱਥੇ, ਅਸੀਂ ਬੈਠੇ ਹਾਂ, ਤਾਂ ਉਹ ਖਬਰ ਆਉਣ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਡਰ ਜਿਹਾ ਬਣ ਜਾਂਦਾ। ਉਹ ਡਰ ਬਣਨ ਦੇ ਨਾਲ ਸਾਡੀਆਂ ਜਿੱਦਾਂ ਹੁਣ ਅੱਜ ਮੇਰੀਆਂ ਤਕਰੀਬਨ 17 ਤੋਂ 18 ਰੂਮਸ ਜਿਹੜੇ ਆ ਕੈਂਸਲ ਹੋ ਗਏ ਨੇ, ਲੋਕਾਂ ਨੇ ਜਿਹਨਾਂ ਨੇ ਆਉਣਾ ਸੀਗਾ ਉਹ ਮਤਲਬ ਹੁਣ ਨਹੀਂ ਆ ਰਹੇ, ਉਹ ਕੈਂਸਲ ਕਰ ਗਏ ਨੇ। ਇਹ ਸਾਰਾ ਡਾਇਰੈਕਟਲੀ ਇਫੈਕਟ ਤਾਂ ਬਿਜ਼ਨਸ ਉੱਤੇ ਹੀ ਪੈਂਦਾ ਜੀ। ਵੇਖੋ ਜੀ, ਇਹ ਜਦੋਂ ਇਲੈਕਸ਼ਨਸ ਹੁੰਦੇ ਨੇ, ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਨਾ, ਉਹ ਇਹੋ ਜਿਹੀਆਂ ਹੋਜੀਆਂ ਹਰਕਤਾਂ ਕਰਦੇ ਨੇ, ਲੇਕਿਨ ਮੇਰੀ ਉਹਨਾਂ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਕੋਈ ਭਲਾ ਨਹੀਂ ਹੋਣਾ, ਲੇਕਿਨ ਸਾਡਾ ਨੁਕਸਾਨ ਜ਼ਰੂਰ ਹੋ ਜਾਣਾ, ਅਤੇ ਸਾਡਾ ਨੁਕਸਾਨ ਨਾ ਕੀਤਾ ਜਾਵੇ। ਬੜਾ ਔਖਾ, ਅਸੀਂ ਬੜਾ ਸੰਤਾਪ ਝੇਲਿਆ, ਇੱਥੇ ਬਹੁਤ ਕੁਛ ਵੇਖਿਆ, ਆ ਹੁਣ ਰੀਸੈਂਟਲੀ ਕੋਵਿਡ ਵੇਖਿਆ, ਬੜੇ ਔਖੇ ਹੈ, ਸਾਡੀ ਹੋਟਲ ਇੰਡਸਟਰੀ ਤਾਂ ਸਾਰੇ ਹੀ ਬੜੇ ਔਖੇ ਨੇ ਜੀ। ਸੋ ਬੇਨਤੀ ਹੈ ਜੀ ਕਿ ਬਈ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਵੀ ਸਾਡੇ ਵੱਲ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ, ਸਾਡੀ ਇੰਡਸਟਰੀ ਡੁੱਬ ਰਹੀ ਹੈ, ਮਰ ਰਹੀ ਹੈ, ਇਹਨੂੰ ਬਚਾਇਆ ਜਾਵੇ ਅਤੇ ਸਖਤੀ ਕੀਤੀ ਜਾਵੇ। ਜਿਹੜਾ ਕੋਈ ਮਤਲਬ ਪੁਲਿਸ ਨੂੰ ਵੀ ਲੱਗਦਾ ਕਿ ਵੀ ਇਹ ਠੀਕ ਵਿਅਕਤੀ ਨਹੀਂ ਹੈ, ਉਹਦੇ ਤੋਂ ਪੁੱਛਗਿੱਛ ਕੀਤੀ ਜਾਵੇ। ਵੇਖੋ ਇਹ ਇੱਥੇ ਮੈਂ ਅੱਜ ਸਵੇਰੇ ਸੁਣ ਰਿਹਾ ਸਾਂ ਜੀ ਸਾਡੇ CP ਸਾਹਿਬ ਦਾ ਬਿਆਨ ਕਿ ਵੀ ਕੋਈ ਦੇਸੀ ਬੰਬ ਬਣਿਆ, ਹੁਣ ਸੜਕ ਦੇ ਉੱਤੇ ਤਾਂ ਬਣਿਆ ਨਹੀਂ, ਕਿਸੇ ਨਾ ਕਿਸੇ ਥਾਂ ਦੇ ਉੱਤੇ ਤਾਂ ਬਣਿਆ ਹੋਊਗਾ, ਅਤੇ ਉਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਸਾਨੂੰ ਬਚਾਇਆ ਜਾਵੇ ਜੀ। ਓਬੀਅਸਲੀ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ ਜੀ, ਉਹ ਹੈਗੀ ਤਾਂ ਸ਼ਰਾਰਤੀ ਹੈ, ਸ਼ਰਾਰਤੀ ਅਨਸਰਾਂ ਵੱਲੋਂ, ਬਟ ਸਾਨੂੰ ਵਿਸ਼ਵਾਸ ਹੈ ਜੀ ਆਪਣੇ CP ਸਾਹਿਬ 'ਤੇ, ਕਿਉਂਕਿ ਸਾਡੇ ਇਹ ਗੱਲ ਦਾ ਇਸ ਗੱਲ ਨਾਲ ਕੰਸਰਨ ਕੋਈ ਨਹੀਂ, ਲੇਕਿਨ ਮੈਂ ਤੁਹਾਨੂੰ ਦੱਸਣਾ ਜ਼ਰੂਰ ਹੈ ਕਿ ਵੀ ਜਦੋਂ ਦੇ CP ਸਾਹਿਬ ਆਏ ਸਾਡੇ ਸ਼ਹਿਰ ਦੀ
जिहड़ी ट्रैफिक समस्या सी ना, उह चरमरा गई सी, खराब हो चुकी सी। असीं लोकां ने कितने भी जाणा हुंदा ते दो दो घंटे सानू जाम दे विचों निकलना पैंदा है। बट राइट नाउ तुसीं यू विल सी, तुसीं बाहर जाके निकल के वेखो हुण कि किस तरह ट्रैफिक भी होई है, शहर भी होई है, बंदे भी उन्ने ही है ते टूरिस्ट भी उन्ना ही आ रहा, पर हुण किते भी जाम नहीं मिलेगा तुहानू। जिस तरह उन्होंने इहदे ते ठल पाई है ते मेरी उन्हां दे अगे बेनती है कि भी इस चीज़ उत्ते भी उह ठल पाण, जिहड़े भी शरारती अंसर इस चीज़ नूं अंजाम देंदे ने उन्हां नूं फड़ के सलाखां दे पिछे कीता जावे और साडा कारोबार मुड़ते पटरी ते आवे। बिल्कुल ठीक है जी तुहाडी गल। जिस तरह हुण सीपी साहब नूं बेनती है कि भी जिस तरह उन्होंने हुण चौंकियां खत्म कर दित्तियां, जिहड़े मुलाजम, माफ़ी चाहना जी, सॉरी, उन्हां वीरां कोलों मुलाजमां कोलों जिहड़े मुलाजम उत्थे अंदर बैठे रहिंदे सीगे वेहले, वो हुण जिद्दां सड़क ते कढ़ दित्ते उन्होंने कि भई तुसीं ट्रैफिक दी समस्या नूं सुलझाओ, इहनूं ठीक करो, हुण हो गई है ना जी। इस तरह होर भी कई क्योंकि साडी फील्ड नहीं, साडी लाइन नहीं, होर भी कई थावां इहो जिहियां होणगियां जिथे मतलब उन्हां कोल काम नहीं होगा तो उन्हां नूं इत्थे हैरीटेज स्ट्रीट ते सुट्टिया जाए। तो जिहड़े मैनूं लगता जी कि भी जिस तरह कुछ जरूरतमंद वेंडरस ने, जिदा कोई लोग समान वेचते हैं, कुछ वेंडरस जरूरतमंद ने तो कुछ नवे नवे भी आ जाते हैं जिहड़े जिन्हां जिहड़े मतलब भुलेखा पाते हैं पुलिस नूं कि भी पुलिस यही समझती होगी कि भी यह वेंडर है, समान वेचन वाला, तो इहनूं काम करन दिओ। हो सकता उन्हां दे विच ही कुछ शरारती अंसर होवे, मैनूं लगता जी। इंज अपील तो मैनूं जी सवेरे ही फोन आया, मेरी बेटी का भी फोन आया, शी इज़ लिविंग इन बर्मिंघम यूके ते रहिंदी, उत्थे मैरिड है जी। तो वो इन लॉ साहब का भी फोन आया, पूछ रहे थे कि भी इस तरह तुहाडे इत्थे यह खबर चल रही, सब ठीक है? तो जिहड़े लोग परदेश बैठे ने, रिश्तेदार बैठे ने, वो तो लोग बहुत ही चिंता करते हैं यार, दोबारा उन्होंने आऊँ लगता कि भी माहौल दोबारा 84 वर्गा हो रहा इतने। जो अज मेरे उन्होंने गल की वो वेरी मतलब वो बहुत परेशान सके इस चीज़ तो कि भाई यार तुम भी इतने आ जाओ, छड़ दो इतने आ जाओ। मतलब जो ओबियसली बच्चों का ध्यान होंगे ही है मापिया वाल, तो मेरी हाथ जोड़ के उन्हां अगे भी अपील आ, बच्चों अगे, अपने अगे, या जिहड़े मेरे वीर, मेरे यार दोस्त, या जिहड़े साडे मतलब इत्थे आउणा चाहुंदे सी हरिमंदर साहब महाराज के नतमस्तक दर्शन करन आना चाहुंदे सी, उन्हां नूं अपील है जी आओ इत्थे, कोई गल नहीं जी, ये छोटी छोटी गल्लां चलदियां रहिंदियां। तो सरकार दे अगे भी हाथ जोड़ के यही अपील है जी कि भी इन्हां चीज़ां ते नत्थ पाई जाए। मैं सुरिंदर सिंह जी, प्रेजिडेंट फैडरेशन ऑफ होटल एंड गैसट हाउस एसोसीएशन, साहब श्री गुरु रामदास साहब की नगरी च बड़े संताप जिन्हें चले, लेकिन हुण सुख दा साह आया, बड़ी महाराज ने कृपा की है, शांति दा माहौल होया, करोना दे भी कहर तो बाहर निकले हाँ। छोटी मोटी कोई ना कोई छुटपुट जिहड़ी कोई इस तरह की घटना होंदी है जिहड़ी कि कल परसों हैरीटेज स्ट्रीट दे उत्ते जिहड़ी वापरी है, इस चीज़ का लोगों के उत्ते बड़ा माड़ा जिहा डर भी है, भौ भी है, तो थोड़ा जिहा असमंजस चन भी ये की हैगा कि होया की है। इस चीज़ नू पुलिस नू, पंजाब पुलिस नू पूरी तरह तह तक जाना चाहिए कि लोगों नू दसना चाहिए भी ये कोई एक्सट्रीमिस्ट कोई नहीं, या की हैगा की है, हैगा नहीं हैगा, इस बारे पूरा चानना पाना चाहिए, या ता जो लोगों के मन के जोड़ा भाव डर आ वह निकल आए। बिल्कुल एस जी पी सी भी जिस तरह इन्हों के उत्तर सारा घड़ी सरां है पूरी तरह गहराई दे जाना चाहिए, शहर वाले बड़ी उड़ीक दे विच न कि दस्या जावे भी यह की होया की नहीं होया, क्योंकि लोगों अजे बिल्कुल क्वेश्चन मार्क ही है, अजे तक कुछ नहीं पता लगा, ये बारे डिटेल दे विच सारयां नूं दसना चाहिए ता जो शहर दे विच आने वाले जिहड़े यात्रु न उन्हां दा बड़ा वड्डा असर पै रहा उन्हां दे उत्ते, ता जो सानू, मैं होटल एसोसीएशन दे नाल संबंधित हाँ, होटलों के नाल ट्रेड के नाल संबंधित हाँ, लोगों दियाँ इंटरव्यू आनिया शुरू, लोगों के फोन आने शुरू हो गए हैं जिहड़ी कि साडी बुकिंग कैंसल होने के भी आसार बहुत सारे हो गए हैं, असी बहुत ज़्यादा इस बारे शक्की जे हो गए हैं, पर साडा यह शक दूर किया जाए। पुलिस नूं चाहिए कि इहदी पूरी गहराई ते जाके सानू दस्या जाए कि यह की सीगा, तां जो कोई माड़ी घटना तो नहीं सी, तां जो कोई नवा कलेश तो नहीं, इस तों असीं चाहुंदे आ वी इहतों सानू छुटकारा। हजे पंजाब जे कोई असीं वी कहिंदे आ बड़ी वधिया गल है, यह नॉर्मल होवे ही चंगा है, ता जो साडे जिहड़ी सुख का साह ही लिया होया इहनूं किसे वी किस्म की कोई डिस्टर्बेंस नहीं होनी चाहिए, मगर जो कोई इहो जी घटना होंदी है प्रेस नूं ही चाहिए वी बड़े हलीमी दे नाल इहदे उत्ते काम करे, ता जो कोई माड़ा मैसेज ना जावे, अखबारों नूं डिटेल दसनी चाहिए कल हुण जो अज की निकलिया की कित्थे सिट्टे ते पहुंचे न, ता जो आन वाले टूरिस्ट कोई कैंसल ना होवे, ता जो सानू जगह जगह तो फोन आ रहे हैं, देश विदेशों तो भी फोन आए हैं भी ये तुहाडे अमृतसर दे विच कोई ब्लास्ट होया, असीं उन्हां नूं आप भी कह रहे हैं भी ये कोई ब्लास्ट नहीं, ये छोटी मोटी घटना है, फिर भी यदि जो पता लगेगा जो होएगी वो असीं जरूर दसांगे। थोड़ा नहीं, ये बड़ा वड्डा असर पै रहा है,
जबकि सानू दस रहे हैं भी लोगों दी कई ने बुकिंग कैंसल करवा दित्तियां भी शायद इहो जिहा माहौल है। बाकी अमृतसर बहुत वधिया माहौल है, यात्रियों असीं दसना चाहते हैं भी इत्थे कोई माहौल खराब नहीं, बिल्कुल बुकिंग कोई कैंसल करन दी लोड़ नहीं। आओ जी सदके आओ, गुरु रामदास साहिब दे महाराज दे इस द्वार दे दर्शन करो, धरती ते स्वर्ग है, धरती ते बैकुंठ है, इहदे आ के दर्शन करो। इत्थे कोई माहौल खराब नहीं, किसे किस्म दी कोई घटना नहीं वापरी, ये कोई वाकई रब करे ये एक सधारण जी कोई किसी गैस का सिलेंडर सी या जी सी ये सानू कल तक मेरा ख्याल पंजाब पुलिस भी डिकलेयर कर देगी। असीं चाहते हाँ चंगा ही मैसेज आवे, असीं वैल विशर हाँ। असीं तो यही संदेश देना कि चाहते हैं, असीं तो यह कहना चाहते हैं भी सानू यह खुशखबरी देन भी ये कोई माड़ी मंदभागी कोई नहीं सी, ये किसी किस्म का कोई रेस्टोरेंट की जो चिमनी का सी या किसी गैस का सी या की सी उ पता लग गया, लेकिन क्लीयर कर देन ता जो यात्रुओं के उत्ते ये कोई मन च वहम ना रह जाए तो क्लीयर हो जाए। मेरा नाम हरकवल सिंह कोहली है, साडा सामने गत्रे गोली गली होटल है, अभी होटल चलाने बहुत वधिया होटल चलता है, वही सवारी आती है। असी ये कहने जो दो ब्लास्ट होए ने वो ब्लास्ट ना गिने जान, सिंपल जी कोई चीज़ होगी जिहड़ी कि सरकार उन्हू वेख रही है तो सवारियां चाहिए जे मत्था टेकन आ रहे उन्होंने दिल च कोई चीज़ ना लान भी बड़ा वड्डा ब्लास्ट ना कोई चीज़ नहीं। इंक्वायरी चल रही है, एक दिन पता लग जाएगा, सवेरे अखबार कल आ जाएगा तुहाडे सामने। अजे तक तो बड़ा ठीक चलता पाया, पूरी संगत अज भी पूरी संगत हैगी सी, क्योंकि निक्का मोटा कोई ब्लास्ट कोई जो चिमनी कहते फटी कुछ होया कहते पे ने इन्हू आप ब्लास्ट नहीं कह सकते, ब्लास्ट ना कुछ जिमें दे दें लोग इन्हों मतलब वो चीज़ा नहीं है, क्योंकि गुरु रामदास पातशाह घर तक इन्ने साल तो इन्ना कुछ नहीं होंगे बड़े आराम अपने दर्शन करना, कोई मन च वहम नहीं रखना, महाराज कृपा इतने पूरी संगत सवेर तो शाम पूरी होंगी है, अपना कहने कोई कोई चीज नहीं की है।